ਆਪਣੀ ਜ਼ਮੀਨ ਆਪਣੀ ਨਹੀਂ ਹੈਗੀ। ਦੇਖੋ ਯਾਰ, ਮੇਰਾ ਇਹ ਮੰਨਣਾ ਵੀ ਜਿਹੜੀ ਜ਼ਮੀਨ ਜਾਇਦਾਦ ਆਪਾਂ ਨੂੰ ਆਪਣੇ ਬਜ਼ੁਰਗਾਂ ਤੋਂ ਮਿਲੀ ਹੁੰਦੀ ਆ ਨਾ, ਉਹਦੇ 'ਤੇ ਆਪਣਾ ਕੋਈ ਹੱਕ ਨਹੀਂ ਹੁੰਦਾ ਹੈਗਾ, ਉਹਨੂੰ ਵੇਚਣ ਦਾ ਆਪਣਾ ਕੋਈ ਹੱਕ ਨਹੀਂ ਹੁੰਦਾ ਹੈਗਾ, ਉਹ ਬਸ ਅਮਾਨਤ ਅਗਲੀ ਪੀੜ੍ਹੀ ਦੀ ਜੋ ਆਪਾਂ ਸਾਂਭ ਰਹੇ ਹਾਂ। ਉਹ ਤੋਂ ਜਿੰਨੀ ਮਰਜ਼ੀ ਕਮਾਈ ਕਰੋ, ਜਿਵੇਂ ਮਰਜ਼ੀ ਕਮਾਈ ਕਰੋ, ਬਟ ਉਹਨੂੰ ਵੇਚਣਾ ਨਹੀਂ ਹੈਗਾ, ਕਿਉਂਕਿ ਜੋ ਚੀਜ਼ ਆਪਾਂ ਨੂੰ ਬਜ਼ੁਰਗਾਂ ਤੋਂ ਮਿਲੀ ਆ ਉਹ ਅੱਗੇ ਬੱਚਿਆਂ ਨੂੰ ਵੀ ਮਿਲਣੀ ਚਾਹੀਦੀ ਆ। ਹਾਂ, ਜੋ ਆਪਾਂ ਆਪ ਖਰੀਦੀ ਆ ਉਹਦੇ ਨਾਲ ਜੋ ਮਰਜ਼ੀ ਕਰੋ, ਪਰ ਜੋ ਬਣੀ ਬਣਾਈ ਮਿਲੀ ਆ ਉਹ ਆਪਣੇ ਤੋਂ ਅੱਗੇ ਪਾਸ ਹੋਣੀ ਚਾਹੀਦੀ ਆ। ਯਾਰ, ਜ਼ਮੀਨ ਨਾ ਆਪਣੀ ਮਾਂ ਦੇ ਬਰਾਬਰ ਆ ਅਤੇ ਆਪਣੀ ਰੀੜ ਦੀ ਹੱਡੀ ਆ, ਇਹ ਕਦੇ ਆਪਾਂ ਨੂੰ ਭੁੱਖਾ ਨਹੀਂ ਸੌਣ ਦਊਗੀ। ਕੁਝ ਮਰਜ਼ੀ ਹੋ ਜਾਵੇ ਫਿਰ ਵੀ ਇਹਨੇ ਆਪਣੇ ਖਾਣ ਜੋਗੇ ਦਾਣੇ ਆਪਾਂ ਨੂੰ ਦੇ ਹੀ ਦੇਣੇ ਨੇ। ਮੈਂ ਨਾ ਕਈ ਐਸੇ ਨਿਕੰਮੇ ਲੋਕ ਦੇਖੇ ਨੇ ਜਿਨ੍ਹਾਂ ਕੋਲ ਸਭ ਕੁਝ ਸੀਗਾ, ਬਟ ਸਭ ਕੁਝ ਵੇਚ ਵੱਟ ਕੇ ਐਸ਼ ਕਰ ਲਈ ਅਤੇ ਅਗਲੀ ਪੀੜ੍ਹੀ ਦਿਹਾੜੀਆਂ ਕਰਨ ਲਗਾਤੀ, ਅਤੇ ਉਹ ਅਗਲੀ ਪੀੜ੍ਹੀ ਦੇ ਮਨ 'ਚ ਇੰਨਾ ਗੁੱਸਾ ਨਾ ਉਹ ਬਜ਼ੁਰਗਾਂ ਲਈ, ਕਿਉਂਕਿ ਉਹਨਾਂ ਦੇ ਹਾਲਾਤਾਂ ਦੇ ਸਿੱਧੇ ਜ਼ਿੰਮੇਵਾਰ ਉਹੀ ਨੇ। ਤਾਂ ਮਿਲੀ ਹੋਈ ਜ਼ਮੀਨ ਜਾਇਦਾਦ 'ਤੇ ਕੋਈ ਆਪਣਾ ਹੱਕ ਨਾ ਸਮਝੋ, ਕਦੇ ਇਹ ਨਾ ਸੋਚੇ ਵੀ ਇਹ ਮੇਰੀ ਆ ਮੈਂ ਵੇਚ ਸਕਦਾ ਨਾ, ਕਿਉਂਕਿ ਤੁਸੀਂ ਇਹ ਆਪ ਨਹੀਂ ਕਮਾਈ, ਇਹ ਮਿਲੀ ਆ, ਅਤੇ ਜੇ ਤੁਹਾਨੂੰ ਮਿਲੀ ਆ ਨਾ ਇਹਨੂੰ ਅੱਗੇ ਵੀ ਦੇ ਕੇ ਜਾਇਓ।